ਵਾਲੇਕੁਮ ਅਸਲਾਮ, ਕੀ ਹਾਲ ਹੈ ਭਾਈ ਜਾਨ? ਠੀਕ ਠਾਕ ਭਾਈ। ਤੇ ਭਾਈ ਮੁਰਗੀਆਂ ਰੱਖੀਆਂ ਹੋਈਆਂ? ਹਾਂ ਜੀ ਭਾਈ ਜਾਨ, ਨੇ ਮੁਰਗੀ ਰੱਖੀਆਂ ਨੇ, ਨਾਲੇ ਕਾਰੋਬਾਰ ਕਰਨਾ ਹੈ। ਅੱਛਾ। ਹਾਂ ਜੀ। ਤੇ ਭਾਈ ਜਾਨ, ਪਹਿਲਾਂ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਟਾਈਮ ਦਿੱਤਾ। ਹਾਂ ਜੀ, ਕੋਈ ਨਹੀਂ ਭਾਈ। ਇਹ ਮੁਰਗੀਆਂ ਕਦੋਂ ਤੋਂ ਰੱਖ ਰਹੇ ਹੋ? ਤੇ ਭਾਈ ਜਾਨ, ਸਾਡਾ ਕੋਈ 4-5 ਸਾਲ ਤੋਂ ਮੈਂ ਸ਼ੌਕ ਕਰ ਰਿਹਾ ਕਿ ਦਾਦੇ ਪੂਰੀ ਕਰ ਲੈਣਾ। ਅੱਛਾ। ਹਾਂ ਜੀ। ਕੋਈ ਹੋਰ ਅਦਰਵਾਇਜ਼ ਕੋਈ ਚੀਜ਼ ਇਸ ਤੋਂ ਇਲਾਵਾ? ਮੁਰਗੀਆਂ, ਮੁਰਗੇ ਵੀ ਹੈ ਨੇ? ਹਾਂ ਜੀ, ਮੁਰਗੇ ਵੀ ਹੈ ਨੇ, ਪਹਿਲਾਂ ਤੋਂ ਖਾਇਆ ਮੁਰਗਾ ਵੀ। ਹਾਂ ਜੀ। ਬੱਚੇ ਕਦੀ ਖੁੱਲਦੀਆਂ ਨੇ, 35 ਮਾਸ਼ਾਅੱਲਾ ਬੱਚੇ ਨਿਕਲੇ ਹੋਏ ਨੇ। ਤੇ ਫਾਰਮੀ ਆ, ਦੇਸੀ ਕਿਉਂ ਨੇ ਬੱਚੇ? ਦੇਸੀ ਆ, ਦੇਸੀ ਭਾਈ, ਦੇਸੀ। ਅੱਛਾ, ਦੇਸੀ ਆ, ਮੈਂ ਭੁੱਲ ਗਿਆ। ਤੇ ਇਹ ਭਾਈ ਹੁਣ ਅੱਛਾ ਭਾਈ, ਤੁਸੀਂ ਮੁਰਗੀਆਂ ਰੱਖੀਆਂ ਹੋਈਆਂ, ਤੁਹਾਨੂੰ ਕੀ ਫਾਇਦਾ ਹੁੰਦਾ ਰੱਖਣ ਦਾ? ਅੱਛਾ। ਤੇ ਇਹ ਤੁਸੀਂ ਘਰ ਖਾਣ ਵਾਸਤੇ ਜਾਂ ਵੇਚਦੇ ਵੂਚਦੇ ਹੀ ਹੁੰਦੇ ਨੇ? ਅੱਛਾ, ਵੇਚਦੇ ਹੀ ਹੁੰਦੇ ਹੋ? ਅੱਛਾ। ਤੇ ਤੁਹਾਡੇ ਬਾਈ ਜਾਨ ਕੋਲ ਕੋਈ ਹੋਰ ਵੀ ਆਟਾ ਹਨ? ਹਾਂਜੀ ਬਾਈ ਜਾਨ, 2-3 ਆਟਮਾ ਹੈ ਨੇ ਸਾਡੇ ਕੋਲ। ਸਿੱਤਰ ਮੁਰਗੀ ਖੜੇ ਨੇ, ਤੁਹਾਨੂੰ 2-3 ਦਿਨ ਤਾਈਂ ਵੀਡੀਓ ਖਾ ਦੇਣਾ। ਤੇ ਹੋਰ ਕੋਈ ਚੀਜ਼? ਤੇ ਤਿੱਤਰ ਵੀ ਹੈ ਸਾਡੇ ਕੋਲ। ਅੱਛਾ, ਤਿੱਤਰ ਉੜਦਾ ਤਾਂ ਨਹੀਂ? ਨਹੀਂ ਨਹੀਂ ਬਾਈ ਜਾਨ, ਲੱਗਾ ਮਾਸ਼ਾਅੱਲਾ, ਤੁਸੀਂ ਦੱਸੋਗੇ ਤਾਂ ਬੜਾ ਅੱਛਾ ਹੀ ਆ ਜੀ। ਅੱਛਾ, ਹੁਣ ਤੁਸੀਂ ਮੇਰੀ ਮੁਰਗੀਆਂ ਦਿਖਾਈਆਂ, ਮਾਸ਼ਾਅੱਲਾ ਮੈਂ ਦੇਖੀਆਂ ਵਾਂ, ਬਹੁਤ ਅੱਛੀਆਂ ਨੇ। ਤੇ ਹੁਣ ਇਸ ਤੁਸੀਂ ਅੱਗੇ ਵੀ ਰੱਖਣ ਦਾ ਤੁਹਾਡੇ ਕੋਲ ਪ੍ਰੋਗਰਾਮ ਹੈ? ਅੱਛਾ ਜੀ, ਪੇਸ਼ਾ ਜੀ, ਹੁਣ ਤੁਸੀਂ ਜਾਰੀ ਰੱਖਣਾ? ਹਾਂਜੀ, ਜਾਰੀ ਰੱਖਣਾ। ਚਲੋ ਜੀ, ਸਾਨੂੰ ਇਜਾਜ਼ਤ ਦਿਓ, ਅੱਲਾ ਹਾਫਿਜ਼।